ਸਿੰਘ ਢਿੱਲੋਂ, ਅਸੀਂ ਆਪਣੇ ਨੀਟਾ ਡਰਾਈਵਿੰਗ ਲਾਇਸੈਂਸ ਤੋਂ ਤੁਹਾਡੇ ਨਾਲ ਆਪਣੀ ਵੀਡੀਓ ਸ਼ੇਅਰ ਕਰ ਰਹੇ ਹਾਂ। ਅਤੇ ਸਾਡੇ ਬਹੁਤ ਹੀ ਵਧੀਆ ਸਟੂਡੈਂਟਸ ਜਿਹੜੇ ਅੱਜ ਕੱਲ੍ਹ ਪਾਸ ਹੋਏ ਸੀਗੇ, ਅੱਜ ਉਹਨਾਂ ਦੀ ਕਲਾਸ ਲੈ ਰਹੇ ਸੀਗੇ, ਅਤੇ ਸਾਨੂੰ ਬੜੀ ਖੁਸ਼ੀ ਹੋਈ ਉਹਨਾਂ ਦੇ ਨਾਲ ਮਿਲ ਕੇ, ਜਿੰਨਾ ਉਹਨਾਂ ਨੇ ਸਟੱਡੀ ਕੀਤੀ ਸਾਡੇ ਕੋਲ ਪੜ੍ਹ ਕੇ ਉਹਨਾਂ ਨੇ। ਅਤੇ ਅਸੀਂ ਦੋ ਚਾਰ ਗੱਲਾਂ ਉਹਨਾਂ ਨਾਲ ਕਰਾਂਗੇ। ਆਰਫ ਭਾਜੀ ਹੋਣੀ ਕੱਲ੍ਹ ਪੋਮੇਸੀਆ ਤੋਂ ਪਾਸ ਹੋਏ ਨੇ, ਅਤੇ ਕੀ ਕਹਿਣਾ ਚਾਹੋਗੇ ਤੁਸੀਂ ਆਪਣੀ ਸਟੱਡੀ ਬਾਰੇ? ਸਾਡੇ ਕੋਲ ਸਟੱਡੀ ਤੁਸੀਂ ਨੀਟਾ ਡਰਾਈਵਰ ਲਾਇਸੈਂਸ ਤੋਂ ਕੀਤੀ, ਕੱਲ੍ਹ ਤੁਸੀਂ ਪਾਸ ਹੋਏ, ਕਿਵੇਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ? ਜੀ, ਬਹੁਤ ਅੱਛਾ ਮਹਿਸੂਸ ਹੋ ਰਿਹਾ। ਸਾਰਿਆਂ ਦੋਸਤਾਂ ਨੂੰ ਮੇਰੀ ਤਰਫੋਂ ਮੁਬਾਰਕਾਂ, ਵਧਾਈਆਂ ਹੋਣ। ਅਤੇ ਬਾਕੀ ਜੀ, ਨੀਤਾ ਸਰ ਉਹਨਾਂ ਨੂੰ ਸਪੈਸ਼ਲ ਉਹਨਾਂ ਵਾਸਤੇ ਮੈਂ ਕਹਿ ਰਿਹਾ, ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਉਹਨਾਂ ਦੀ ਮਿਹਨਤ ਉਹਨਾਂ ਨੇ ਕੀਤੀ, ਕੁਛ ਅਸੀਂ ਆਪ ਮਿਹਨਤ ਕੀਤੀ, ਅਤੇ ਉਹਨਾਂ ਦਾ ਪੜ੍ਹਾਉਣ ਦਾ ਤਰੀਕਾ ਬਹੁਤ ਹੀ ਅੱਛਾ ਹੈ, ਅਤੇ ਬੜੇ ਨਾਈਸ ਪਰਸਨ ਨੇ ਉਹ। ਇਸ ਵਾਸਤੇ ਬੜਾ ਅੱਛਾ ਲੱਗਿਆ ਉਹਨਾਂ ਕੋਲ ਪੜ੍ਹ ਕੇ, ਅਤੇ ਖੁਸ਼ੀ ਹੋਈ ਸਾਨੂੰ ਉਹਨਾਂ ਨਾਲ ਮਿਲ ਕੇ। ਅਤੇ ਅੱਜ ਅਸੀਂ ਆਪਣੀ ਕਲਾਸ ਬੈਠੇ ਸੀ, ਕਲਾਸ ਲਗਾ ਰਹੇ ਸੀ, ਥੋੜ੍ਹਾ ਜਿਹਾ ਅਸੀਂ ਆਪਣੇ ਤੁਹਾਡੇ ਸਟੂਡੈਂਟ ਦੇ ਨਾਲ ਮਿਲਾਉਂਦੇ ਆਪਾਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿਵੇਂ ਦਾ ਲੱਗ ਰਿਹਾ ਤੁਹਾਨੂੰ ਸਟੱਡੀ ਕਰਕੇ, ਕਿਵੇਂ ਦਾ ਮਹਿਸੂਸ ਹੋ ਰਿਹਾ? ਵਧੀਆ ਲੱਗ ਰਿਹਾ, ਸਾਰਿਆਂ ਨੂੰ ਸਮਝ ਲੱਗ ਰਹੀ ਹੈ? ਬਹੁਤ ਜ਼ਬਰਦਸਤ, ਬਹੁਤ ਵਧੀਆ, ਕੱਲਾ ਕੱਲਾ ਲਫ਼ਜ਼ ਜਿਹੜਾ ਨਾ ਉਹ ਐਨ ਵਧੀਆ। ਤੇ ਮਿਠਾਈ ਹੌਲੀ ਹੌਲੀ ਸਾਰਿਆਂ ਨੂੰ ਇੱਦਾਂ ਹੀ ਰੱਬ ਖੁਸ਼ੀਆਂ ਬਖਸ਼ੇ, ਤੇ ਆਉਣ ਵਾਲੀ ਜਿਹੜੀ ਵੀਡੀਓ ਸਾਡੀ ਨੈਕਸਟ ਸਟੂਡੈਂਟ ਦੇ ਨਾਲ ਤੁਹਾਨੂੰ ਫਿਰ ਮਿਲਾਂਗੇ। ਖੁਦਾ ਹਾਫਿਜ਼, ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ ਸਾਹਿਬ। ਓਕੇ ਜੀ, ਓਕੇ ਜੀ।